ناود علی مظہر العجائب تجده اون اللقا فی النوائب کل هم و غم سینجلی بے علی بے علی بے علی یا مولاتی یا فاطمتو اغیسینی یا رب الحسین بحق الحسین اشف صدر الحسین بظہور الحجت القائم آل محمد علیہ الصلاۃ والسلام. پاک ذکر دی قبولیت خاطر صلوات بلند آواز نال پڑھو. اللہم صلی علی محمد و آل محمد. جتنے احباب حاضرین مجلس دور قریب توں جتنی دعاواں دامن چ لے کے بے نیازاں دے مقدس بارگاہ تک ٹرائیو تمام دعاواں دی قبولیت بانیاں نے مجلس دے تکمیل مقاصد اور انہاں دے وسعت رزق واسطے ایک صلوات بلند پڑھ دیو. اللہم حاجی محمد حفیظ اور منیر احمد انہاں دے والدین مرحومین دے بلندی درجات دی خاطر ایک بلند صلوات پڑھ دیو. اللہ صلی اللہ محمد و آل محمد. آخری لمحات اس پرسا پاک دے دعاواں دی قبولیت جتھے اسی نہیں پہنچ سکدے دعا ساڈی پہنچ سکدی جائے. دعا دے ذریعے بھی اسی شامل ہو سکدے ہاں. جتنے پاکستان آرمی دے نوجوان ضرب عصب آپریشن شامل نے انہاں دی کامیابی و کامرانی دی خاطر حزب اللہ سید حسن نصر اللہ انہاں دی فتح مبین دی خاطر ایک صلوات بلند پڑھ دیو. اس تو سونا وقت قبولیت دا کوئی نہیں, اس تو مقدس جگہ قبولیت دی کوئی نہیں. یہ لمحات بھی قبولیت دے, یہ بارگاہ بھی قبولیت عالی. تو مقبول وقت اچ مقبول جگہ تے اس دور دی سب تو بڑی دعا ہر مومن دی ہکو صدا پوری دنیا دے پریشانی اور مصیبتاں دا واحد مداوا اول و آخر واجبن تمام صاحبان ایک صلوات امام زمانہ دی آمد و سلام. اعوذ باللہ تمام حاضرین دا ٹرایا قبول و منظور فرماوے. جتنی دعاواں دامن وچ لے کے آ گئے ہو بے نیاز اللہ عالم ذات صدور اللہ تمام دیاں دعاواں مستجاب فرماوے. جتنا وقت باقی بچ چکا جملہ میں اتھوں شروع کر کے کوین شروع کراں. آدھ رات دویلہ ہائی حرامی یہ وقت یزید ابن معاویہ خدا اس تے لعنت کرے اپنے دربار اچ اپنے محل اچ پھر رہے کدی سجے کدی کھبے. ایک درباری پوچھے بادشاہ بیمار ہیں؟ اس کے نہیں نیند ختم ہو چکی. حکیم بلاما اس کے میری بے چینی دا علاج حکیمہ کول نہیں کس کو لے؟
ਉਸੇ ਕਿਸੇ ਨਾਮ ਦੇ ਬੂਹੇ ਤੇ ਕੈਦੀ ਬੈਠੇ ਉਸਨੂੰ ਬੁਲਾ ਕੇ ਲਾਇਆ। ਨਾ ਥੱਕਣ ਵਾਲੀ ਕੌਮ, ਨਾ ਸੁੱਕਣ ਵਾਲੇ ਸਮੁੰਦਰ, ਮੁਰੀ ਚਕਵਾ ਲਾ ਲਿਓ। ਇਹ ਸਿਪਾਹੀ ਤੁਰਿਆ ਦੁਸ਼ਮਣ ਦਾ, ਦੁਸ਼ਮਣ ਸਿਪਾਹੀ ਜਿੱਥੇ ਦਸਤਾਰੇ ਸ਼ਬੀਰ ਦਾ ਵਾਰਸ, ਰਾਤ ਰੋਵਣ ਵਾਲਾ ਇਮਾਮ, ਲੁੜੇ ਪੂਰ ਦਾ ਮੱਲਾ, ਮਿੱਟੀਆਂ ਤੇ ਬੈਠਾ ਆ ਕੇ ਮੋਢੇ ਤੇ ਹੱਥ ਰੱਖਿਆ, ਕੈਦੀ ਖੁੱਲ ਕੇ ਅਜ਼ੀਮ ਦਾ ਮਾਲਕ ਸੱਜਾਦ ਪਿਆ ਦੇ ਜੀ, ਉੱਠ ਤਿੰਨ ਹਾਕਮੇ ਵਕਤ ਬੁਲਾਇਆ। ਮੁਰੀਦ ਵਾਲਿਓ ਵਕਤ ਥੋੜਾ ਹੈ, ਉੱਠਿਆ ਪਿਓ ਏ, ਪਤਾ ਨਹੀਂ ਕਿਹੜੀ ਮਜਬੂਰੀ ਆਈ ਬਾਕਿਰ ਨੂੰ ਨਾਲ ਉੱਠਣਾ। ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ। ਜਿਸ ਵੇਲੇ ਇਸਦੇ ਦਰਬਾਰ ਵਿੱਚ ਪਹੁੰਚੇ ਨੇ, ਇਸਦੇ ਮਹੱਲ ਵਿੱਚ ਇਹ ਹਰਾਮੀ ਅਜੇ ਤੁਰ ਰਿਹਾ ਏ, ਵੀ ਪੁੱਤਰ ਨੂੰ ਆਉਂਦਿਆਂ ਵੇਖ ਕੇ ਰੁਕ ਗਿਆ, ਸ਼ਰਮਿੰਦਗੀ ਤੋਂ ਸਾਰੇ ਦਾ ਝੁੱਕ ਗਿਆ ਹਰਾਮੀ ਦਾ। ਅਦੇ ਸੱਜਾਦ ਆ ਕੁਰਸੀ ਤੇ ਬੋ, ਇਮਾਮ ਅਹਿਮਦ ਨੇ ਮੇਰੇ ਮਾਣ ਦੀ ਰੁੱਤ ਗੁਜ਼ਰ ਗਈ, ਗੱਲ ਕਰਕੇ ਉਹ ਬੁਲਾਏ। ਆਦਾ ਅਦਰਾਤ ਦਾ ਵੇਲਾ, ਨਾ ਕੋਈ ਵੇਖੇ ਨਾ ਕੋਈ ਸੁਣੇ, ਮੈਂ ਤਿੰਨ ਤਨਹਾਈ ਵਿੱਚ ਇਸ ਵਾਸਤੇ ਬੁਲਾਇਆ, ਤੂੰ ਜਿੱਤ ਗਿਆ ਮੈਂ ਹਾਰ ਗਿਆ, ਤੂੰ ਫਾਤਿਹ ਮੈਂ ਮਫਤੂ, ਤੂੰ ਸੱਚਾ ਹੈ ਮੈਂ ਝੂਠਾ। ਇਮਾਮ ਅਹਿਮਦ ਨੇ ਗੱਲ ਕਰਾ ਦੇ, ਤੇਰੀ ਕੈਦ ਰਿਹਾ ਹੈ, ਮੇਰੀ ਸ਼ਾਮ ਵਿੱਚ ਨਿਕਲ ਜਾ, ਸੱਜਾਦ ਦਾ ਦਿਨ ਕਿਉਂ ਰਿਹਾ ਕਰਨਾ ਹੈ। ਅਦੇ ਤੇਰੀ ਮੌਜੂਦਗੀ ਮੇਰੇ ਇਕਤਦਾਰ ਨੂੰ ਖਤਰਾ ਹੈ, ਮੇਰਾ ਕੋਈ ਸੁਣੀ ਬਈ ਬੈਠੇ ਤੇ ਜੁਮਲਾ ਸਮਝੇ। ਇਮਾਮ ਅਹਿਮਦ ਨੇ, ਸਾਲ ਹੋ ਗਏ ਮੈਂ ਤੇਰੀ ਕੈਦ ਵਿੱਚ ਹਾਂ, ਜਿੱਥੇ ਜ਼ਿੰਦਾਨ ਵਿੱਚ ਤੂੰ ਬਿਠਾਇਆ ਹੈ ਅਸੀਂ ਉੱਠੇ ਨਹੀਂ, ਅਸੀਂ ਕਿਸੇ ਸ਼ਾਮ ਦੇ ਬੰਦੇ ਨੂੰ ਬੁਲਾਇਆ ਨਹੀਂ, ਸਾਡੀ ਕੋਈ ਗੱਲ ਨਾ ਸੁਣੇ। ਉਸ ਪੁਰਾਣੇ ਖੰਡਰ ਵਿੱਚ ਅਸੀਂ ਕੈਦ ਹਾਂ, ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ, ਅਸੀਂ ਬੋਲਦੇ ਨਹੀਂ, ਕਿਉਂ ਮੇਰੀ ਮੌਜੂਦਗੀ ਤੇਰੇ ਇਕਤਦਾਰ ਨੂੰ ਖਤਰਾ ਹੈ। ਹਰਾਮੀ ਠੱਡਾ ਸਾਹ ਭਰ ਕਹਿੰਦਾ, ਸੱਚੀ ਪੁੱਛੇ ਸੱਜਾ ਤੇਰੀ ਚੁੱਪ ਖਾ, ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ, ਤੇਰੀ ਚੁੱਪ ਖਾ ਗਈ, ਜਾਂ ਟੁਰ ਜਾ ਸ਼ਾਮ ਚੋਂ ਨਿਕਲ ਜਾ ਆਪਣੇ ਸ਼ਹਿਰ, ਟੁਰ ਜਾ ਆਬਾਦ ਹੋ ਜਾ ਜਾ ਕੇ। ਫਰਮੈਂਦੇ ਨੇ, ਹੁਣ ਮੈਂ ਆਬਾਦ ਨਹੀਂ ਹੋ ਸਕਦਾ, ਹੁਣ ਤੇ ਸ਼ਾਮ ਨਾਲ ਮਿਜ਼ਾਜ ਮਿਲਿਆ, ਅਦੇ ਨਹੀਂ ਅੱਜ ਜਾਣਾ ਕੱਲ ਜਾਣਾ, ਇੱਥੋਂ ਨਿਕਲ ਜਾ ਟੁਰ ਜਾ, ਤੂੰ ਜਿੱਤ ਗਿਆ ਮੈਂ ਹਾਰ ਗਿਆ। ਇਮਾਮ ਜਿਗਰ ਤੇ ਹੱਥ ਰੱਖ ਕਹਿੰਦੇ ਨੇ, ਹੁਣ ਮੈਂ ਕੀ ਕਰਨਾ ਆਬਾਦ ਹੋ ਕੇ, ਮੇਰਾ ਕੀ ਛੱਡੀ ਮੇਰੇ ਵਤਨ ਤੇ। ਇਹ ਜੁਮਲੇ ਦੇ ਬਾਅਦ ਮੈਂ ਹੋਰ ਕਰੀਬ ਆਵਾਂ, ਜੀ ਵਹਿਣ ਸ਼ੁਰੂ ਕਰੀਏ, ਵਕਤ ਇਤਨਾ ਹੀ ਰਹਿ ਗਿਆ। ਬੇਗੈਰਤ ਹਰਾਮੀ ਇਬਨ ਹਰਾਮੀ ਕਿਆ ਗੁਲਾਮ ਅਲੀ ਜੀ, ਇਹ ਹਕੀਕਤ ਮੇਰੇ ਇਮਾਮ ਦੀ ਫਤਿਹ ਜੀ। ਬੇਗੈਰਤ ਇਬਨ ਬੇਗੈਰਤ ਵੇਖ ਕੇ ਤੇ, ਸੱਜਾਦ ਤੂੰ ਮਰਦ ਏ ਬਨੂ ਹਾਸ਼ਮ ਏ, ਤੁਸੀਂ ਤੇ ਬੜੇ ਹੌਸਲੇ ਵਾਲੇ ਹੋ, ਪਹਿਲਾਂ ਹਾਸ਼ਮੀ ਵੇਖਿਆ ਤੂੰ ਰਤ ਰੋਨੇ, ਗੱਲ ਦਿਲ ਤੇ ਨਹੀਂ ਲਈਦੀ, ਜੰਗ ਹੋਈ ਖਤਮ ਹੋ ਗਈ, ਜੰਗ ਸ਼ਹਿਜ਼ਾਦਿਆਂ ਦਾ ਸ਼ੁਗਲ ਹੁੰਦਾ। ਮੁਰੀਦ ਵਾਲੇ ਕਿਤਨੇ ਸੁਣੀ ਹੋ, ਕਿਤਨੇ ਸ਼ੀ ਹੋ, ਸ਼ੁਗਲ ਦਾ ਨਾਮ ਹੈ, ਸੱਜੇ ਹੱਥ ਦਾ ਇਸ਼ਾਰਾ ਕਰ ਕਰ ਦੇਣ, ਕੁੱਤਿਆ ਤੇਰੇ ਸ਼ੁਗਲ ਵਿੱਚ ਮੇਰੀਆਂ ਭੈਣਾਂ ਰੁਲ ਗਈਆਂ, ਉਹ ਬੇਗੈਰਤਾ ਤੇਰੇ ਸ਼ੁਗਲ ਵਿੱਚ ਮੇਰੀਆਂ ਮਾਵਾਂ ਰੁਲ ਗਈਆਂ, ਤੁਮੇ ਨੇ ਇਤਨਾ ਮਾਰਿਆ, ਤੁਮੇ ਨੇ ਇਤਨਾ ਉਜਾੜਿਆ, ਦੁਨੀਆਂ ਬਾਦ ਹੋਏਗੀ, ਸੱਜਾਦ ਵਸਣ ਦੇ ਕਾਬਲ ਨਹੀਂ ਰਹੇ, ਨਿਕਲ ਜਾ ਮੇਰੀ ਸ਼ਾਮ ਵਿੱਚੋਂ, ਕੁਝ ਮੇਰਾ ਸਮਾਨ ਹੈ ਸਰਕਾਰੀ ਖਜ਼ਾਨੇ ਦਾ ਤੇਰੇ ਕੋਲ ਵਾਪਸ ਕਰ ਜਾਈ। ਇਮਾਮ ਦਿਨ ਘੇਰਾ, ਆਦੇ ਤੇਰੇ ਤੋਕ ਜ਼ੰਜੀਰ, ਤੇਰੇ ਪੁੱਤਰ ਦੀਆਂ ਕੜੀਆਂ, ਤੇਰੀਆਂ ਬੇੜੀਆਂ, ਤੇਰੀਆਂ ਫੁੱਫੀਆਂ ਦੇ ਜ਼ੰਜੀਰ, ਹੈਂ ਲਫ਼ਜ਼ੀ ਰੋਵਣ ਦੇ ਜੇ ਕਿਸੇ ਨੂੰ ਸਮਝ ਆ ਗਈ, ਫੁੱਫੀਆਂ ਦੇ ਜ਼ੰਜੀਰਾਂ ਦਾ ਨਾਮ ਹੈ, ਜਿਗਰ ਤੇ ਹੱਥ ਰੱਖ ਕੇ ਦੇਣੇ, ਹਰ ਸ਼ੈ ਲੈ ਲੈ ਮੈਂ ਫੁੱਫੀਆਂ ਦੇ ਜ਼ੰਜੀਰ ਵਾਪਸ ਨਹੀਂ। ਅਦੇ ਕੀ ਕਰਨਾ ਹੀ ਉਹਨਾਂ ਰੱਸੀਆਂ ਤੇ ਜ਼ੰਜੀਰਾਂ ਨੂੰ, ਫਰਮੈਂਦੇ ਨੇ ਗੈਰਤ ਗਵਾਰਾ ਨਹੀਂ ਕਰਦੀ ਜਿਹਨਾਂ ਰੱਸੀਆਂ ਨਾਲ ਮੇਰੀਆਂ ਫੁੱਫੀਆਂ ਦਾ ਖੂਨ ਲੱਗਿਆ। ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ, ਮੇਰੀ ਗੈਰਤ ਗਵਾਰਾ ਨਹੀਂ ਕਰਦੀ, ਮੈਂ ਉਸਨੂੰ ਕਿਵੇਂ ਵਾਪਸ ਕਰਾਂ। ਜਾ ਰਹੇ ਹਾਂ ਏ, ਤੋ ਕੜੀਆਂ ਬੇੜੀਆਂ ਲਹਾ ਦਿੱਤੇ ਗਏ, ਪਹਿਲੀ ਵਾਰੀ ਪਿਓ ਪੁੱਤਰ ਆਜ਼ਾਦ ਤੁਰੇ, ਅੱਗੇ ਬਾਕਿਰ ਸੱਜਾਦ ਦੇ ਸਜੇ ਮੁੰਡੇ ਨਾਲ ਟੁਰਦੇ, ਅੱਜ ਪਹਿਲੀ ਵਾਰੀ ਪਿਓ ਅੱਗੇ ਬਾਕਰ ਪਿੱਛੇ ਪੇਟੂ, ਜ਼ਿੰਦਾਨ ਵਿੱਚ ਪਹੁੰਚੇ ਨੇ, ਪਹਿਲੀ ਵਾਰੀ ਅਲੀ ਦੀ ਧੀ ਪਿਓ ਪੁੱਤਰਾਂ ਨੂੰ ਆਜ਼ਾਦ ਵੇਖੇ।
مت چمکیا دی بسم اللہ سجاد قیدا مک گئی نے جی اما مک گئی نے الحمدللہ سجاد آج تے تھوڑا جا چہرے تے خوشی آوے نا آج رہائی ہوئی ہے نظر یمینن و شمالن سجے کھبے سجاد وے کیا دن کیویں خوش ہوا او تے مر گئی ہے بڑی زندگی ہوئے جڑی نت پوچھ دی آئی سجاد پکھی کے نوے بہا بھائی تھوڑی زندگی ہوئے میرا مالک میرے بھائی تمام قبول کرے اتو ایک وین شروع کران جی تروجا چوتر لے کے 120 مستورا چو 12 لے کے 84 بچیاں چ 9 یتیم لے کے او میں صدقی ہوں ایک قافلہ جلے رہا ہوا ہے نا سیدھا غریباں دے قبرستان جڑی میری تحقیق ہے جڑی میں کتاب دی روایت پڑھی معصوماں دی قبر تے 3 دن دا قیام ایتھے 3 دن رونے نے وین کیتے نے تیسرے دن اٹھن لگے نے نا تے قبر سکینہ تے ہاتھ رکھ کے سارے سلام کیتے جدن عالیہ سین ہاتھ رکھنا اچھا سکینہ بیٹا اللہ دے حوالے معصومہ دی قبر ہلن لگ پئی شہید اعظم پیو دی دھی قبر تڑپ تڑپ کے آدی ہے اما ہن ٹر چلے ہو واہ واہ سنی ہائے کیتی نے بتول دی دھی تواڈے تے راضی ہو ہاں سکینہ میں جا رہی ہوں فرمایا اللہ دے حوالے وطن والے جو ہو شل وطن نصیب ہونے اما اجڑی دی کی منت آنکھ نہ سکینہ فرمائے میری قبر دا نشان مٹا جاؤ کیوں سکینہ فرمائے دے نگے تو اڈا آسرائی ہوں تو سی ٹور چلے ہو شمر دا شہر میں کر لیا میرا چھڑانا لا کوئی نہیں متا نیزے لے کے تو اڈے با اصغر پترائی میں نہیں قبر دا نشان مٹا کے اٹھے محمل چوالیا دی آواز ہی لے سجاد ہن سب تو پہلے کربلا جانا ہے ایک واری میں جا کے ویکھا میں بے گور و کفن لاشاں چھوڑ آئی آئی میرے بھرا دی قبر بنی ہے یا کوئی نہ تو مرید آلیوں پھر سال دے بعد لٹیا کافلا کربلا لے پاسے ٹریا ساڈے بزرگ ذاکر وین پڑھ دیا اسے وین نو میں سنانا چاہنا جی جتنے آنسو آ گئے نصیب بن سو بسم اللہ نہیں آئے تو میرا تے کام ہے قرلانا جی میرا کام ہے وین کرنا یقیناً میرا ایمان ہے جتنے شام دے ٹائم بیٹھ گئے صرف اس واسطے بیٹھ گئے آخری پرسہ علی دی اندھیاں دی رہائی ہے میں مقام دے وہاں لفظوں نہیں جڑا تو نے یاد نہ ہوئے مری چکوالا لیو 2 میل کربلا تو دور جنگل بھی امان چک مومن جس دا نام جعفر کھیتی بڑی دا کم کر رہا تھک کی قد سدھا کی تیسائی کڈن واسطے شیعہ آدھے یوں سنے نے جڑا بہانیاں نہ روئے سامنے نگاہ پئیے دھوڑ نظر آئیے جو میں کچھ ہے دوڑ رہیے مومن آدھے میں غور نہ روئے کہ دھوڑ پھٹی یہ کافلہ برامد ہوئے 3 محمل نے 2 مہاری ایک دا قد چھوٹے ایک دی کمر جھکی ہوئی آسمان المو کر کے رنے مومن کوئی جو ویلا یاد ہے اس دے رو کہہ دے واہ میرا اللہ اے مسافر اپنے کاروبار تو فارغ کے وطن تے جا رہے او میرا اللہ کدی میری زندگی وچ او دن چڑھ سی میں سن ساں بتول دیاں دھیاں وی شام دے وطن تے ول گئیاں تو سو میرے جملے سن کے ہائے کیتی علی دیاں دھیاں دے محمل چوال کھل گئے آلیا سین دی بوہری محمل تو آواز ہے سجاد قافلہ روک میری منزل آ گئی ہے اما 2 میل دور ہے کربلا تے اگے منزل ہے فرمایا اج دے بعد میری اوہی منزل ہے جتھے تیرے پیو دا کوئی رومن والا نہیں سجاد جڑے انج روندے نے میں زینب نو بہت پیارے لگ گئے سجاد او جڑا بندہ بہن کے رو رہے نا وہ اپنے دکھاں نو نہیں میری لٹی چادر نو سجاد قافلہ روک دے بیٹا میں انتظار کرنی ہے تو چلا جا بیٹا اس کو اس رون والے نو اٹھا کسے طریقے سجاد پیار کر اس نال منت کرنی پوی تے کر لے اس نے اوکھا سوکھا ایک واری میرے معامل دے کول لیا اما کیوں فرمائے میرا دل کر دے میں حسین دے عزادار دا خود شکریہ دا تیار بیٹھے ہوتے کوئی دردان دا وین سنا وہاں بزرگان دی مہنہ ٹردے علی زین العابدین محمد دے قریب ہیں جعفر امام دے پہنچنے تک مٹیاں تے بے چکا زانو بلند نے زانو تے ہتھ نے ہتھوں تے مت ہے چیرہ زمینہ لے پاسے اکھائیں وسطیاں داڑی چوں سامن دی کنیاں مانگوں تاسو پہ کر دے امام سامنے کھلوتے ہیں رومن اللہ پردیسی میں مسافر دا سلام ہوئی انج زانوں تو متھا چایا سامنے زخمی تے نورانی چیرے تے نگاہ پائی غور نال ویکھے اکھاں چو رت جا رہی ہے داڑی چٹی ہے
ਕੰਬਦਾ ਕੰਬਦਾ ਹੱਥ ਸਜਾਦ ਮੱਥੇ ਤੇ ਰੱਖੇ, ਮੇਰਾ ਸਲਾਮ ਹੋਵੀ ਬੇਸਾਖਤਾ ਵਾ ਜੀ, ਦੋਵੇਂ ਹੱਥ ਮੱਥੇ ਤੇ ਆ ਗਏ ਸੀ। ਅਲੈਕ ਸਲਾਮ ਯਾ ਅਯੋ ਹਜ਼ਈ, ਚਿੱਟੀ ਦਾੜੀ ਆਲਾ ਮੇਰਾ ਵੀ ਸਲਾਮ ਹੋਵੀ। ਮੁਰੀਦਾ ਨੇ ਉਹ ਸਜਾਦ ਹੱਥ ਬੰਨ ਕੇ ਆਦੇ ਨੇ ਭੁੱਲ ਗਏ ਮਜ਼ਈਫ ਨਹੀਂ ਮੈਂ ਬਿਮਾਰ, ਆਦਾਏ ਜੇ ਬਿਮਾਰ ਏ ਤੇ ਹੁਕਮੇ ਖੁਦਾਬੰਦੀ ਏ ਮਰੀਜ਼ ਆਪਣੀਆਂ ਮਰਜ਼ਾਂ ਦਾ ਇਲਾਜ ਕਰਾਵੇ। ਸਜਾਦ ਆਦੇ ਨੇ ਕਿੱਥੋਂ ਕਰਾਵਾਂ, ਹਕੀਮ ਹੀ ਕੋਈ ਨਹੀਂ ਜਿਹੜਾ ਮੇਰਾ ਇਲਾਜ ਕਰੇ, ਦੁਨੀਆਂ ਦੇ ਹਕੀਮਾਂ ਕੋਲ ਮੇਰਾ ਕੋਈ ਇਲਾਜ ਨਹੀਂ, ਲੁਕਮਾਨ ਦਾ ਮੈਂ ਖੁਦ ਸਰਦਾਰ ਹਾਂ, ਮੇਰੀਆਂ ਮਰਜ਼ਾਂ ਦਾ ਇਲਾਜ ਨੇ। ਮੋਮਨ ਅਥਰੋਂ ਪੂੰਜ ਕੇ ਆਦਾ ਬੰਦਾ ਖੁਦਾ ਮੁਸਾਫਿਰ ਏ। ਸਜਾ ਦਾਦ ਨੇ ਜੀ ਆ ਕਿੱਥੋਂ ਆਏ, ਫਰਮਾ ਤੇਰੀਆਂ ਸੋਚਾਂ ਤੂੰ ਚੋਖੇ ਸਫ਼ਰ ਕਰ ਆਇਆ। ਮੋਮਨ ਆਦੇ ਮੇਰਾ ਦਿਲ ਕਰਦਾ ਮੈਂ ਤੇਰੇ ਨਾਲ ਹਮਦਰਦੀ ਕਰਾਂ, ਮੈਂ ਨਾ ਤੇਰੇ ਨਾਂ ਦਾ ਪਤਾ ਨਾ ਮੈਂ ਤੇਰੀ ਜ਼ਾਤ ਦਾ ਪਤਾ, ਟੁਰ ਮੈਂ ਤੈਨੂੰ ਉੱਥੇ ਲੈ ਚੱਲਾਂ ਜਿੱਥੇ ਲਾ ਇਲਾਜ ਮਰਜ਼ਾਂ ਦਾ ਇਲਾਜ ਹੁੰਦਾ ਏ। ਕਿੱਥੇ ਮੋਮਨ ਆਦਾ ਉਹ ਜਿਹੜਾ ਸਾਹਮਣੇ ਜੰਗਲ ਏ, ਕਰਬਲਾ ਨਹੀਂ ਲਿਆ ਇਹ ਮੁਹੱਲਾ ਬਣ ਗਿਆ, ਇੱਥੇ ਕਰਬਲਾ ਲੈ ਫਰਿਸ਼ਤਿਆਂ ਦੇ ਇਲਾਜ ਕਰਦੇ ਨੇ, ਨਬੀਆਂ ਦੇ ਇਲਾਜ ਕਰਦੇ ਨੇ, ਲਾ ਇਲਾਜ ਮਰਜ਼ਾਂ ਦੇ ਇਲਾਜ ਕਰਦੇ ਨੇ, ਹਕੀਮਾਂ ਨੂੰ ਨਬਜ਼ਾਂ ਵਿਖਾਈ ਦੀਆਂ ਨੇ, ਕਰਬਲਾ ਲਿਆਂ ਨੂੰ ਨੀਅਤ ਵਿਖਾਈ ਦੀ ਏ। ਸਜਾਦ ਕਰਬਲਾ ਲੈ ਪਾਸੇ ਮੂੰਹ ਕਰਕੇ ਮੱਥੇ ਤੇ ਹੱਥ ਰੱਖਿਆ, ਦਿਨੇ ਲੱਖਾਂ ਸਲਾਮ, ਬੰਦੇ ਖੁਦਾ ਤੂੰ ਮੇਰੇ ਨਾਲ ਹਮਦਰਦੀ ਕੀਤੀ ਏ, ਤੇਰੀ ਮਿਹਰਬਾਨੀ, ਅੱਲਾ ਦੀ ਕਾਇਨਾਤ ਦੇ ਹਰ ਮਰੀਜ਼ ਦਾ ਇਲਾਜ ਕਰਬਲਾ ਏ, ਇੱਕੋ ਮੈਂ ਮਰੀਜ਼ ਹਾਂ, ਮੇਰਾ ਇਲਾਜ ਕਰਬਲਾ ਵੀ ਕੋਈ ਨਹੀਂ, ਸਾਰੇ ਮਰੀਜ਼ ਕਰਬਲਾ ਜਾ ਕੇ ਠੀਕ ਹੁੰਦੇ ਨੇ, ਜਦਣ ਮੈਂ ਵੰਜਣੇ ਮੇਰੀਆਂ ਮਰਜ਼ਾਂ ਹੋਰ ਵਧਵੇ, ਸਦਕੇ ਸਦਕੇ ਮੇਰੀਆਂ ਅੱਖੀਂ ਦੀ ਰਾਤ ਹੋਰ ਵੱਧ ਗਈ ਸੀ। ਮੋਮਨ ਹੈਰਾਨ ਹੋ ਕੇ ਆਦਾ ਕਿਹੜੀ ਮਰਜ਼ ਏ ਜਿਹੜੀ ਕਰਬਲਾ ਚੋਂ ਠੀਕ ਨਹੀਂ ਹੋਈ, ਸਜਾਦ ਆਦੇ ਨੇ ਸਾਰਿਆਂ ਦੀਆਂ ਠੀਕ ਹੁੰਦੀਆਂ ਨੇ ਮੇਰੀ ਨਹੀਂ ਆਉਂਦੀ, ਕੇ ਮਰਜ਼ ਏ ਤੇਰੀ, ਫਰਮਾਇਆ ਗੈਰਤ, ਮੈਂ ਗੈਰਤ ਦਾ ਮਰੀਜ਼ ਆ। ਹੈਰਾਨ ਹੋ ਕੇ ਆਦੇ ਮਰਜ਼ ਲੱਗੀ ਕਿੱਥੋਂ ਆ, ਸਜਾਦ ਆਦੇ ਨੇ ਬਾਜ਼ਾਰਾਂ ਚੋਂ, ਆਦੇ ਨਜ ਨਬੀ ਬੰਦਾ ਖੁਦਾ ਗੱਲਾਂ ਤੇਰੀਆਂ ਰਾਤ ਵਾਲੀਆਂ ਨੇ, ਅੱਖਾਂ ਤੇਰੀਆਂ ਰਾਤ ਵਾਲੀਆਂ ਨੇ, ਦੱਸ ਸਕਦੇ ਤੇਰੀ ਗੈਰਤ ਦੀ ਮਰਜ਼ ਦੀ ਤਫਸੀਲ ਕੀ ਏ। ਸਜਾਦ ਆਦੇ ਨੇ ਮੇਰੀ ਪਹਿਲੀ ਮਰਜ਼ ਏ ਮੇਰੀ ਮਾਂ ਦਾ ਬੁਰਕਾ, 80,000 ਬਦਮਾਸ਼ ਦੇ ਮਜਮੇ, ਮੇਰੀ ਦੂਜੀ ਮਰਜ਼ ਏ ਦਾ ਮੁਹਰਮ ਡੀਗਰ ਦਾ ਵੇਲ ਆਈ, ਬਦਮਾਸ਼ ਮੇਰੀ ਭੈਣ ਦਾ ਦਾਜ ਲੁੱਟਦੇ ਰਹੇ ਮੈਂ ਅੱਖਾਂ ਨਾਲ ਜਿੱਥੇ, ਮੇਰੀ ਤ੍ਰੀਜੀ ਮਰਜ਼ ਏ ਸ਼ਰਾਬੀ ਮੇਰੀ ਭੈਣ ਨੂੰ ਤਮਾਚੇ ਵੀ ਮਾਰਦਾ ਰਿਹਾ ਗੁਰ, ਮੇਰੀਆਂ ਮਰਜ਼ਾਂ ਦਾ ਇਲਾਜ ਨੇ, ਮੇਰੀ ਮਰਜ਼ ਦਾ ਇੱਕੋ ਇਲਾਜ ਏ ਜਿਹਦਾ ਨਾਂ ਹੈ ਮੌਤ, ਮੈਨੂੰ ਛੋੜ ਤੂੰ ਕਿਉਂ ਰੋਨੇ, ਦੁਖੀਆਂ ਨੂੰ ਦੁੱਖੇ ਪਿਆਰੇ ਲੱਗਦੇ। ਮੋਮਨਾ ਦਾ ਮੇਰਾ ਕੋਈ ਜ਼ਾਤੀ ਨੁਕਸਾਨ ਏ, ਸਜਾਦ ਆਦੇ ਨੂੰ ਹੋ ਸਕਦਾ ਤੇਰਾ ਮੇਰਾ ਨੁਕਸਾਨ ਇੱਕੋ ਏ, ਆਦੇ ਨਹੀਂ ਨਹੀਂ ਮਰੀਦ ਆਦੇ ਹੁਣ ਡਰ ਗਏ। ਮੋਮਨ ਸਜਾਦ ਆਦੇ ਨੂੰ ਉਹਦਾ ਵਾਸਤਾ ਹੀ ਜਿਨ ਜੰਗਲਾਂ ਹੀ ਪੈਰੋਂ ਮੈਂ ਉਹਦੀਆਂ ਭੈਣਾਂ ਦਾ ਨਾਂ ਹੀ ਨਾ ਛੁਪਾ, ਭੈਣਾਂ ਦਾ ਨਾਂ ਮੈਂ ਮੋਮਨ ਮੂੰਹ ਤੇ ਮਾਤਮ ਕਰਕੇ ਆਦੇ ਵੱਧ ਵਾਸਤਾ ਦਿੱਤੇ ਤੇ ਸੁਣ ਮੇਰਾ ਮੁਰਸ਼ਦ ਹੀ ਜਿਹਦਾ ਨਾਂ ਹੁਸੈਨ ਇਬਨ ਅਲੀ, ਸਾਲ ਪਹਿਲੇ ਇਸ ਜੰਗਲ ਚ ਮਾਰਿਆ ਗਿਆ, ਸ਼ਾਮੀ ਮੁਸਲਮਾਨ ਉਹਦੀਆਂ ਭੈਣਾਂ ਕੈਦ ਕਰਕੇ ਲੈ ਗਏ। ਮੈਂ ਇਮਾਮ ਹੁਸੈਨ ਦਾ ਆਜ਼ਾਦਾਰ ਹਾਂ, ਮੈਂ ਬਤੂਲ ਦੇ ਪੁੱਤਰ ਦਾ ਆਜ਼ਾਦਾਰ ਹਾਂ, ਮੇਰੇ ਮੁਰਸ਼ਦ ਦਾ ਨਾਂ ਹੁਸੈਨ ਹੈ, ਮੇਰੇ ਪੀਰ ਉੱਜੜ ਗਏ, ਮੇਰੀਆਂ ਸੈਣੀ ਕੈਦ ਹੋ ਗਈਆਂ। ਮੈਂ ਜਦਨ ਦਾ ਵਾਕਿਆ ਕਰਬਲਾ ਹੋਇਆ, ਹਰ ਰੋਜ਼ ਇਸੇ ਜੰਗਲ ਵਿੱਚ ਆ ਕੇ ਸ਼ਾਮ ਦੇ ਰਾਵੇ ਨਾ, ਮੁੱਦਤ ਹੋ ਗਈ ਹੈ ਅਜੇ ਕੋਈ ਨਹੀਂ ਆਇਆ, ਮੈਨੂੰ ਪੱਕੇ ਜਦਨ ਭੈਣ ਰਿਹਾ ਆਉਣਾ, ਸਾਰਿਆਂ ਤੋਂ ਪਹਿਲੇ ਉਸ ਕਰਬਲਾ ਹੁਸੈਨ ਦਾ ਸਲਾਮ ਕਰਨਾ। ਇੱਥੋਂ ਕਾਫਲਾ ਤਰੈ ਮਹਿਮਲਾਂ ਦਾ ਵੇਖਿਆ, ਮੈਨੂੰ ਬਤੂਲ ਦੀਆਂ ਧੀਆਂ ਯਾਦ ਆਈਆਂ, ਸਜਾ ਦਾ ਦਿਨ ਮੇਰਾ ਕਾਫਲਾ ਉਹਦਾ ਸਲਾਰ ਮੈਂ ਆ। ਮੋਮਿਨਾ ਆ ਰਲ ਕੇ ਰੋਈਏ, ਮੈਂ ਵੀ ਸ਼ੀਆਂ, ਉਹ ਜਿਹੜੀਆਂ ਕਾਫਲੇ ਚ ਬੈਠੀਆਂ ਨੀ ਉਹ ਵੀ ਹੁਸੈਨ ਦੀਆਂ ਸ਼ੀਆ ਤੇ ਮਾਤਮਦਾਰ। ਸ਼ੁਕਰ ਕੀਤਾ ਮਰੀਦ ਆਲਿਓ, ਇਸ ਦੌਰ ਯਜ਼ੀਦੀ ਦੌਰ ਚ ਕੋਈ ਸ਼ੀਆ ਮਿਲ ਗਏ ਨਾ, ਆਦੇ ਤੂੰ ਸ਼ੀਆ ਏ, ਸਜਾ ਦਾ ਦਿਨ ਹਾਂ ਮੈਂ ਹੁਸੈਨ ਦਾ ਸ਼ੀਆ, ਆਦੇ ਆਵਤ ਗੱਲ ਨਾ ਰਲ ਕੇ ਰੋਈਏ, ਇਮਾਮ ਆਦੇ ਨੇ ਇੱਥੇ ਨਾ ਰੋ, ਮੇਰੀਆਂ ਪਰਦੇਦਾਰ ਵੀ ਰੋਣਾ ਚਾਹੁੰਦੀਆਂ,
مومن ٹر پہ امام اگے گئے محمل لے کول کھلو کیا دینے اما مومن آ گیا آلیا دا آواز ہے انا کو بین ہون کرے جڑا چھپ چھپ کے کردا ہے اچا رو کیا دے او میرا اللہ کوئی مسافر وطن تے ولے وے لے نا میرا اللہ میں کدن سنسا سہرا دیاں دھیاں شام دے اماں نے با کے ول گئیاں نا تسا میری زبانی سن کے رنیو علی دیاں دھیاں دے محملہ چوال صدقے بین کردا ہے مومن بین کردا ہے علی دیاں دھیاں روندیاں ترے بین کرن دے بعد مرید آ لو مومن چپ کر گئے اپنے آپ نو آدھا اے او نہ ہوئے جلی سال پہلے گئی آئے میں بین کرنا بے بس انج رون دیئے جی میں بینہ سکیاں رون دیا پھر آدھے نہیں نہیں ہوتے تروجہ لے کے گئی آئے اے تے کوئی خستہ حال کافلا لٹے ہویا عرب دے ڈاکواں دا ادا چپ کرنا یالیا دی آواز آئی ہے سجاد مومن نو آگ چپ نہ کرے بین کرے میں دی جنت دی ضامن سجاد مونڈے تے ہاتھ رکھ کے دن بین کر میری پھوپھی تیری جنت دی ضامن ہے مرید آلیا جنت دا نام آیا ہاتھ بن کے آلے تیرے لہجے چ جھوٹ کوئی نہیں ہے داڑی تیری چٹی ہے سچی داس جیڑی محمل چ جنت دین دی ہے کوئی زینب ہے پتر سجادا میرا باکر علی دیاں دھیاں دے ہاؤ گئی نا آت بن کیا دے میں کیویں من لوا میرا امام سجاد چویاں سالاں دا جوان آئی رو رو کے پیا دینے میری اکبر کمر تروڑ گئی میرا تھی گئی چمن تبائے دربار دی پیشی مجال بھی نہیں تو میرے پیر دا پترے من لیا تو سجاد اے با کرے ہکے گل دا جواب دے چویاں سالاں چ داڑی کتھے چٹی ہویا جگر تے ہتھ رکھ کے پیا دے نے ڈٹھی ماں ٹر دی او بازار وچ گئی ہے میں صدقے بھائی میں صدقے بھائی میری پڑھائی میری توقع تو زیادہ رو بیٹھے اے وین پیا کردائی ہتھ بن کیا دوت مولا جے تسی سجاد ہوئے میرا مولا باکرے میری سینا مولا سڑیاں اور تو سکھ دیا او سکھ دیا نے کدی علی دی دی رہا ہوئے اسی مدینے جا کے دے بھرا دے چیلم دی مکان دے سڑیاں اور تا گھرائیں بے کے پہیاں رو دیا نے آنکھو تے میں اپنے شیعہ مولا لیا اللہ جانے مرید آلیا باکر دا بابا ہاں کردہ یا نا محمد جواز ہے ونیان دے میں سکھ دی ودیا او مدت ہو گئی ہے میں باغی دی بھین سن مومن ٹر پیا شیاں دا باہر نکلو علی دیاں دھیاں رہا ہو گئی مدیا کو کسے دسیا نہیں مرید آلیا مرداں دا قافلہ وکھرا ٹریا مستوراں دا وکھرا مر جناب سجاد نو مکانا دے لپے مستوراں آلیا نو جڑا آخری وین میں کرنا چاہنا مرید آلیا ممبر دی قسم تیسرا حلقہ وی ماتمیاں دا نکلے کرو سوال مومن شیعہ مرد آ چکے ہیں عورت آ چکی ہیں تیسرا حلقہ کہہ لے شیعہ دیاں چار پنج سال دیاں بچیاں نے جنہ سر دے دوپٹے لہائے ہوئے موت سندلے بنے ہوئے نوال کھلے ہوئے ماتم کر دیاں کے بدیاں نے سجاد دن آؤ میریاں دیاں دیاں نے تو ان مکان نہیں دینی آلیا سین محمد چو جان پئی ہے میرا پتر میں تو ڈی رلی ہوئی سین لے نبا میں مکان دیو ہاتھ بن کیا دیاں امیر پیو دی دھی ہے نراض نامی اسی دن بھی مکان نہیں دینی میری سین آدھی دے کینیاں مکانی آدھن علی اصغر دی مکانے کین دے ونائیاں رو رو کے پیا دیاں نے او کیوں نہیں آئی آئیو شام وچوں جائے او کی گئے اے دن بھائیے اسا وے کھڑیاں تھکو نہیں تے میں وین ہور کر لواں پچھلے محمل چو رباب جھن پئیے میریاں دیاں میں نگل لاؤ آؤ اسا
اصغر دی مکان میں نے دیو ہاتھ بن کیا دیا نے تے ساڈی سین سکینہ رو رو کے پیا دیے اونو کھا زندان دی گرمی گئی ہے ہکی چولے وچ دفنائی ہے بچیاں رو کے دیا نے گرمیاں نال تے کوئی نہیں مردا سچی دسو ساڈی سین دی شہادت کیوی ہوئی ہے رباب اچا رو کیا دیے ہاتھ پا کے آندیاں زلفاں وچ یادا وال وال پد کردار او کے نگی ای غازی او علی اکبر دی جاگیر دے وچ اونو شمار تم سارے رو بابا دیے ہاتھ پا کے آندیاں زلفاں وچ یادا ول ول پد کردار حرامی پوچھدا او کہ نگی ای غازی زلجنا میرے مولا دی آ گئی ہے اگر زلجنا قریب لایا اس سے زلجنا نو سکینہ پوچھ دی رہی ہے آج آئی دسا کسے پانی پیوایا کوئی نہ آدھی آئی کی میں لہائی او میرا غریب بابا اسے گھوڑے نو امام آدھیان میں لائے بیٹھا میری مک گئی ہے تو والوانج خیم آگا تو سیاد آدھائی اے پاگ دستار امانت ہی آخری ویلا شبی دا قاتل کول کھلوتائی اسے